वाहेगुरु जी का खालसा, वाहेगुरु जी की फतेह जी। अज मैं थानू दसागा कि मैं दस्तार साहब कि दस जाना। यह इंस्पायर्ड आ पुरातन स्टाइल तो, जिमें आप पेंटिंग देखते हैं गुरु साहब की पेंटिंग किमें दस्तार साहब सजाते थे। एक एफर्ट आ उस हैरीटेज न रिस्टोर कर वापस लाने का। मेरे वीर मैनू कहते तुसी एक छोटा जा ट्यूटोरियल करो। मैं क्या चलो चढ़ती कला जी तो आप शुरू करते हैं पिछे नू जूड़ा करके, छोटा जा जूड़ा पिछे कर नाल। मेरे को 3 मीटर का कपड़ा आ नीला, तो मैं इनू अपने जूड़े के अराउंड लपेटांगा। कुछ लोग बूंगा करते ने जूड़े के नाल ही, बट क्योंकि मेरा जूड़ा पिछे नू आ तो मैं इदा उन्होंने लपेटांगा। जोड़ा मैं बनने लगा यह बूंगा और केसकी मिक्स आ, तो वह एक तरह का बेस भी बन जूगा तो नाल शेप भी मिल जूगी उन्होंने। बेस की क्लैनलीनैस की कोई तुसी चिंता ना करो, क्योंकि यह सारा कुछ ढक जूगा थले दस्तार साहब के। लो जी साडा बेस हूँ रेडी है दस्तार साहब के लिए। मैं दस्तार साहब का मटीरियल मलमल यूज करता, तुसी कोई भी कर सकते हो। मलमल दे नाल स्मूथ रहिंदी है ते हल्की रहिंदी है दस्तार साहब। दूजे मटीरियल च औखा रहिंदा थोड़ा जिहा, क्योंकि थोड़ी जी दस्तार तुहाडी मोटी हो जाती है। आ कपड़ा 7 मीटर का आया, तो जदों तुसी मलमल का कपड़ा लैंदे हो तो तुसी अद्धा कट दिओ ते तुहाडे कोल 2 दस्तारां हो जाणगियां। मैं पिछों की अद्धा दस्तार बनता, कुछ लोग साइड तो लैके जाते हैं। मैं लगता है कि जो तो मैं इदा करता मैं ज़्यादा स्टेबिलिटी मिलती है दस्तार च, करके तुम एक बारी दस्तार पिछे एक का पूरा सर्कल कंप्लीट कर लो। तिरछा लैके जाना दस्तार साहब टेढ़ा पिछों दी, इनू स्मूथ करके वापस लैना। एक बार फिर वो उत्तों की, ताकि वह थोड़ा जहा स्टेबल हो जाए। दूजा लड़न हो जाए थोड़ा जहा थले लैके जावे, तो उंगलों के अंगूठे नाल उन्हें पिंच करके उदा उन्हें ट्विस्ट करना। पहला मैं सीधा ही बनता सीगा, बट मेरा वीर सिमरन सिंह ने मैं रिकमेंड किया कि ट्विस्ट करके उसकी डेफिनेशन ज़्यादा वधिया आती है। तो इदा अंगूठे ते उंगल नाल तुसी एक होर लड़ लैके आओ पिछों दी, और सेम बट उहदे नाल ही
दस्तार नूं पहलां समूद कर लो तो सौखा रहूगा तुहाडे लई। ਆਪਾਂ ਹੁਣ ਫੇਰ ਕਰਾਂਗੇ। ਆਪਦੇ ਸਿਰ ਦੀ ਸ਼ੇਪ ਦੇ ਨਾਲ ਤੁਸੀਂ ਵੇਖ ਕੇ ਇਹ ਚੈੱਕ ਕਰਿਓ ਕਿੱਥੇ ਲੜ ਜਾਣੇ ਚਾਹੀਦੇ ਨੇ। ਤੁਹਾਨੂੰ ਪ੍ਰੈਕਟਿਸ ਕਰਨੀ ਪਊਗੀ ਬਟ ਇੱਕ ਵਾਰੀ ਤੁਹਾਡਾ ਹੱਥ ਸੈੱਟ ਹੋ ਜਾਵੇ ਤੁਹਾਨੂੰ ਸਭ ਕੁਝ ਸੌਖਾ ਲੱਗੂਗਾ। ਜਿਵੇਂ ਪੱਗ ਜਾਂ ਲੜ ਆਪਾਂ ਸੈੱਟ ਕਰਦੇ ਹਾਂ ਉਵੇਂ ਹੀ ਇਹਨੂੰ ਵੀ ਆਪਾਂ ਲੈ ਕੇ ਆਉਣਾ। ਅਤੇ ਜਿਹੜਾ ਲਾਸਟ ਵਾਲਾ ਲੜਿਆ ਸਾਡਾ ਇਹਨੂੰ ਆਪਾਂ ਦਸਤਾਰ ਸਾਹਿਬ ਦੇ ਰਾਊਂਡ ਲੈ ਕੇ ਜਾਵਾਂਗੇ। ਚੁੰਦੀ ਉਹਨੂੰ ਅੰਦਰ ਲੜਨ ਨੂੰ ਅੰਦਰ ਸੈੱਟ ਕਰ ਦਾਂਗੇ। ਸਿਲਾਈ ਦੇ ਨਾਲ ਤੁਸੀਂ ਇਹਨੂੰ ਠੀਕ ਕਰ ਸਕਦੇ ਹੋ ਥੋੜ੍ਹੀ ਜਿਹੀ ਉਹਦੀ ਸ਼ੇਪ ਨੂੰ ਕਲੀਅਰ ਕਰ ਸਕਦੇ ਹੋ। ਪਿੱਛੋਂ ਦੀ ਇਹਨੂੰ ਚੱਕ ਕੇ ਥੋੜ੍ਹਾ ਜਿਹਾ ਅੰਦਰ ਨੂੰ ਵਾੜ ਲਾਂਗੇ, ਉਹਨੂੰ ਸੈੱਟ ਕਰ ਦਾਂਗੇ ਥੋੜ੍ਹਾ ਜਿਹਾ। ਲੋਕ ਪੁੱਛਦੇ ਨੇਗੇ ਕਿ ਇਹ ਸਟਾਈਲ ਥੋੜ੍ਹਾ ਜਿਹਾ ਤੁਹਾਨੂੰ ਲੂਜ਼ ਲੱਗਦਾ ਆ, ਬਟ ਐਕਚੁਅਲ 'ਚ ਇਹ ਸਟਾਈਲ ਬਹੁਤ ਸਟੇਬਲ ਆ ਇਸ ਹਿਸਾਬ ਦੇ ਨਾਲ ਮੈਂ ਬਣਦਾ। ਅਤੇ ਜਦੋਂ ਕਦੇ ਵੀ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਕਰਦਾ ਮੈਂ ਦਸਤਾਰ ਦੀ ਸੈਟਿੰਗ ਵਿਗੜਦੀ ਨਹੀਂ, ਸਟੇਬਲ ਰਹਿੰਦੀ ਆ। ਤੁਸੀਂ ਦਸਤਾਰ ਨੂੰ ਇੰਝ ਸਜਾ ਸਕਦੇ ਹੋ ਪਰ ਮੈਂ ਇੱਕ ਮੋਰ ਦਾ ਖੰਭ ਨਾਲ ਲਾਉਂਦਾ ਉਹਦੇ ਆਪਦੇ ਲਾਸਟ ਲੜ 'ਤੇ ਟਿਕਾ ਕੇ। ਕਾਫੀ ਨਿਹੰਗ ਸਿੰਘ ਵੀ ਪਾਉਂਦੇ ਨੇ ਕਿ ਤਾਂ ਇੱਕ ਤਰ੍ਹਾਂ ਦਾ ਪੁਰਾਤਨ ਟ੍ਰੈਡੀਸ਼ਨ ਆ ਇਹ। ਗੁਰੂ ਸਾਹਿਬ ਅਤੇ ਬਾਕੀ ਸਾਰੇ ਰਾਜੇ ਮਹਾਰਾਜੇ ਤਾਂ ਕਲਗੀ ਬੰਨਦੇ ਸੀਗੇ, ਪਰ ਮੈਨੂੰ ਲੱਗਦਾ ਆ ਕਿ ਇਹ ਕਲਗੀ ਇਹ ਖੰਭ ਇੱਕ ਤਰ੍ਹਾਂ ਦੀ ਕਲਗੀ ਬਣ ਗਈ ਆ ਮੇਰੇ ਲਈ। ਮੈਨੂੰ ਰਿਮਾਇੰਡ ਕਰਦੀ ਆ ਮੇਰੀ ਡਿਊਟੀਜ਼।
ਤੁਸੀਂ ਦਸਤਾਰ ਨੂੰ ਇੰਝ ਹੀ ਸਜਾ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਹੋਰ ਕੱਪੜਾ ਲੈ ਸਕਦੇ ਹੋ। ਮੈਂ 1 meter ਦਾ ਇਹ ਛੋਟਾ ਜਿਹਾ ਕੱਪੜਾ ਦਸਤਾਰ ਦੇ ਉੱਤੇ ਸਜਾਉਣਾ ਉਹਦੇ ਸ਼ਿੰਗਾਰ ਦੇ ਲਈ, ਅਤੇ ਨਾਲ ਇਹ ਇੱਕ ਹੋਰ ਕੰਮ ਕਰਦਾ, ਦਸਤਾਰ ਨੂੰ ਹੋਰ ਸਟੇਬਲ ਕਰ ਦਿੰਦਾ ਆ। ਕੁਛ ਲੋਕ, ਕੁਛ ਮੇਰੇ ਵੀਰ, ਜਿਵੇਂ ਭਗਤ ਸਿੰਘ ਦਾ ਟਿਊਟੋਰੀਅਲ ਆ ਯੂਟਿਊਬ 'ਤੇ, ਉਹ ਨਾਲ ਹੀ ਬੰਨ ਦਿੰਦਾ ਆ। ਮੈਂ ਲੜਨ ਨੂੰ ਥੱਲੇ ਹੀ ਰੱਖਦਾ, ਲੜਦੇ ਰਾਊਂਡ ਇੱਦਾਂ ਕਰਕੇ। ਤੁਸੀਂ ਆਪਦੀ ਟਾਈਟਨੈਸ ਐਡਜਸਟ ਕਰ ਸਕਦੇ ਹੋ। ਇਹ ਦਸਤਾਰ ਤੁਹਾਨੂੰ ਬਖਸ਼ਿਆ ਗੁਰੂ ਮਹਾਰਾਜ ਨੇ ਤਾਜ ਦੀ ਤਰ੍ਹਾਂ। ਆਪਾਂ ਰਾਜੇ ਮਹਾਰਾਜੇ ਤੋਂ ਘੱਟ ਨਹੀਂ ਹੈਗੇ। ਜਿਹੜਾ ਵੀ ਸਿੰਘ ਦਸਤਾਰ ਸਜਾਉਂਦਾ ਸਿਰ 'ਤੇ, ਉਹ ਇੱਕ ਰਾਜੇ ਤੋਂ ਘੱਟ ਨਹੀਂ ਹੈਗਾ। ਅਤੇ ਤੁਸੀਂ ਪਿੱਛੇ ਲੜਨ ਬੰਦਾ ਸੈੱਟ ਕਰ ਲਿਓ। ਮੈਂ ਦਸਤਾਰ ਦੇ ਉੱਤੇ ਸ਼ਿੰਗਾਰ ਵੀ ਸਜਾਉਂਦਾ ਇੱਕ। ਤੁਸੀਂ ਇਹਦੇ ਉੱਤੇ ਸ਼ਸਤਰ ਵੀ ਟੰਗ ਸਕਦੇ ਹੋ ਅਤੇ ਚੱਕਰ ਵੀ ਸਜਾ ਸਕਦੇ ਹੋ। ਹੁਣ ਮੈਂ ਇੱਕ ਛੋਟਾ ਜਿਹਾ ਸ਼ਸਤਰ ਦਸਤਾਰ 'ਤੇ ਸਜਾਵਾਂਗਾ। ਗੁਰੂ ਕਿਰਪਾ ਨਾਲ ਸਾਡੀ ਦਸਤਾਰ ਰੈਡੀ ਆ। ਉਮੀਦ ਕਰਦਾ ਤੁਹਾਨੂੰ ਇਹ ਸਟਾਈਲ ਪਸੰਦ ਆਇਆ ਹੋਵੇ। ਮੈਂ ਕੋਈ ਗਲਤੀ ਕੀਤੀ, ਭੁੱਲ ਚੁੱਕ ਨੂੰ ਮਾਫ਼ ਕਰ ਦਿਓ। ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।